ਇਸ ਸਪਿਨਰ ਨੂੰ ਤਿਆਰ ਕਰਨ ਲਈ ਤੁਹਾਨੂੰ ਇੱਕ ਕਨਕੇਵ ਸ਼ੀਸ਼ੇ, ਸਟੀਲ ਗੇਂਦਾਂ, ਇੱਕ ਸਟਰਾਅ ਅਤੇ ਕੁਝ ਗੂੰਦ ਦੀ ਲੋੜ ਹੋਵੇਗੀ। ਇੱਕ ਮਜ਼ਬੂਤ ਗੂੰਦ ਨਾਲ ਦੋ ਸਟੀਲ ਦੀਆਂ ਗੇਂਦਾਂ ਚਿਪਕਾ ਦਿਓ। ਸੁੱਕ ਜਾਣ 'ਤੇ ਉਹਨਾਂ ਨੂੰ ਕਨਕੇਵ ਸ਼ੀਸ਼ੇ 'ਤੇ ਰੱਖ ਕੇ ਇੱਕ ਵਾਰ ਘੁਮਾਓ। ਕੱਚ ਅਤੇ ਸਟੀਲ ਦੇ ਵਿਚਕਾਰ ਬਹੁਤ ਘੱਟ ਫ੍ਰਿਕਸ਼ਨ ਦੇ ਕਾਰਨ ਇਸ ਦਾ ਉੱਪਰਲਾ ਸਿਰਾ ਬਹੁਤ ਹੀ ਲੰਬੇ ਸਮੇਂ ਤੱਕ ਘੁੰਮਦਾ ਰਹੇਗਾ। ਇਸ ਦੇ ਉੱਪਰਲੇ ਸਿਰੇ ਨੂੰ ਦੁਬਾਰਾ ਘੁਮਾਓ ਅਤੇ ਸਟਰਾਅ ਤੋਂ ਹਵਾ ਮਾਰੋ। ਇਸ ਨਾਲ ਲਾਟੂ ਨੂੰ ਬਹੁਤ ਹੀ ਲੰਬੇ ਸਮੇਂ ਤੱਕ ਘੁੰਮਣ ਦੇਵੇਗਾ। ਹੋਰ ਨਾਟਕੀ ਪ੍ਰਭਾਵ ਦੇਣ ਲਈ ਲੇਜ਼ਰ ਦੀ ਰੌਸ਼ਨੀ ਪਾਓ। ਇਹ ਬਹੁਤ ਆਨੰਦਮਈ ਹੋਏਗਾ। ਦੋ ਗੇਂਦਾਂ ਦੀ ਬਜਾਏ ਤੁਹਾਨੂੰ ਇੱਕ ਟੈਟਰਾਹੈਡਨ ਦੀ ਸ਼ਕਲ 'ਚ ਚਾਰ ਸਟੀਲ ਦੀਆਂ ਗੇਂਦਾਂ ਚਿਪਕਾ ਦਿਓ। ਇਸ ਟੈਟਰਾਹੈਡਨ ਨੂੰ ਘੁਮਾਉਣ 'ਤੇ ਇਹ ਉਤਾਂਹ ਉੱਠੇਗਾ ਅਤੇ ਇੱਕ ਹੀ ਗੇਂਦ 'ਤੇ ਘੁੰਮਣ ਲੱਗੇਗਾ। ਸਟੀਲ ਦੀਆਂ ਗੇਂਦਾਂ ਦੀ ਬਜਾਏ ਤੁਸੀਂ ਬੰਟੇ ਵੀ ਚਿਪਕਾ ਸਕਦੇ ਹੋ। ਇਹ ਵਧੀਆ ਘੁੰਮਣਗੇ ਅਤੇ ਉਤਾਂਹ ਨੂੰ ਉੱਠਣਗੇ ਅਤੇ ਜਦੋਂ ਤੁਸੀਂ ਉੱਪਰ ਲੇਜ਼ਰ ਲਾਈਟ ਮਾਰੋਗੇ ਤਾਂ ਇਹ ਬਲਬਾਂ ਦੀ ਤਰ੍ਹਾਂ ਲੱਗਣਗੇ ਅਤੇ ਮਜ਼ਾ ਆਵੇਗਾ।